ਕਿਸਾਨ ਅੰਦੋਲਨ 2.0 ਦੇ ਉੱਤੇ ਲਗਾਤਾਰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ, ਤਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਉੱਥੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ। ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦਰਮਿਆਨ ਮੀਟਿੰਗ ਆ, ਤਾਂ ਇੱਕ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਹਰ ਹੀਲੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦਿੱਲੀ ਵੱਲ ਜਿਹੜਾ ਕੂਚ ਕਰ ਲਿਆ ਜਾਵੇ। ਤਾਂ ਦੇਖੋ ਤੁਸੀਂ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਇਹ ਜੁਗਾੜ ਇੱਕ ਇੱਥੇ ਲਿਆਂਦਾ ਗਿਆ। ਟਰੈਕਟਰ ਦੇ ਅੱਗੇ ਇੱਕ ਤਰ੍ਹਾਂ ਦੇ ਨਾਲ ਕਰੇਨ ਟਾਈਪ ਚੀਜ਼ ਤਿਆਰ ਕੀਤੀ ਗਈ ਹੈ। ਔਰ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਜਿੱਥੇ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਹੈ ਕਿ ਪੋਕਲੇਨ ਔਰ JCB ਸਮੇਤ ਜਿਹੜੀ ਹਾਈਡਰਾ ਇਸ ਤਰ੍ਹਾਂ ਦੀ ਜਿਹੜੀਆਂ ਅਰਥ ਮੂਵਿੰਗ ਮਸ਼ੀਨਾਂ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਗਈ ਹੈ। ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਆਪਣੇ ਪੱਧਰ ਦੇ ਉੱਤੇ। ਨਾ ਸਿਰਫ ਆਪਣੇ ਟਰੈਕਟਰਾਂ ਨੂੰ, ਖੇਤੀ ਸੰਦਾਂ ਨੂੰ ਬਖਤਰਬੰਦ ਕੀਤਾ ਜਾ ਰਿਹਾ। ਤਾਂ ਤੁਸੀਂ ਦੇਖੋ ਇਹ ਤਸਵੀਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਆਖਰ ਇਹ ਕਿਸ ਤਰ੍ਹਾਂ ਦਾ ਇਕੁਇਪਮੈਂਟ ਹੈ, ਇਹ ਕੀ ਤਿਆਰ ਕੀ ਕੀਤਾ ਗਿਆ। ਇਹਦੇ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਦੀਆਂ ਚਾਦਰਾਂ ਨੇ ਔਰ ਅੱਗੇ ਇੱਕ ਕੁੰਡੀ ਨੁਮਾ ਵੱਡੀ ਸਾਰੀ ਇਹ ਇੱਕ ਜੁਗਾੜ ਹੈ। ਹਾਲਾਂਕਿ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਢੰਗ ਦੇ ਨਾਲ ਕਿਸਾਨਾਂ ਨੂੰ ਹੁਣ ਇੱਕ ਪਾਸੇ ਇਹ ਵੀ ਚੀਜ਼ਾਂ ਆ ਰਹੀਆਂ ਨੇ ਕਿ ਸ਼ਾਇਦ ਕੋਈ ਮੀਟਿੰਗ ਵੀ ਹੋ ਸਕਦੀ ਹੈ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ। ਉਸੇ ਦਰਮਿਆਨ ਇਹ ਇੱਕ ਵੀਡੀਓ, ਇਹ ਇੱਕ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ। ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਜਿੱਥੇ ਕਿਸਾਨ ਇੱਕ ਅਜੀਬ ਤਰ੍ਹਾਂ ਦੀ ਇਹ ਮਸ਼ੀਨ ਲੈ ਕੇ ਆਏ ਨੇ, ਖੇਤੀ ਸੰਦ ਇੱਥੇ ਲੈ ਕੇ ਪਹੁੰਚੇ ਨੇ। ਔਰ ਹੁਣ ਦੇਖਣਾ ਇਹ ਹੈ ਕਿ ਆਖਰ ਇਸ ਮਸ਼ੀਨ ਨੂੰ ਉਹ ਕਿਉਂ ਲੈ ਕੇ ਆਏ ਨੇ, ਇਹਨੂੰ ਇੱਥੇ ਲਿਆਉਣ ਦਾ ਮਕਸਦ ਕੀ ਹੈ। ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਤੁਹਾਨੂੰ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਦਿਖਾਵਾਂਗੇ। ਇੱਕ ਵਾਰ ਫਿਰ ਤੋਂ ਧਿਆਨ ਦੇ ਨਾਲ ਇਹ ਮਸ਼ੀਨ ਨੂੰ ਦੇਖੋ। ਇਹ ਟਰੈਕਟਰ ਦੇ ਬੈਕ ਸਾਈਡ ਦੇ ਉੱਤੇ ਮਸ਼ੀਨ ਲਗਾਈ ਗਈ ਹੈ ਔਰ ਇਹਦਾ ਹੁਣ ਯੂਜ਼ ਕੀ ਕਰਨਾ ਕਿਸਾਨਾਂ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ 4x4 ਟਰੈਕਟਰ ਇੱਥੇ ਮੌਜੂਦ ਨੇ। ਨਾਲ ਦੀ ਨਾਲ ਜਿਹੜੀ ਵੱਡੀ ਗੱਲ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਿ ਉਹ ਆਪਣੇ ਖੇਤੀ ਸੰਦਾਂ ਦੇ ਨਾਲ ਹੀ ਅੱਗੇ ਵਧਣਗੇ। ਤਾਂ ਤੁਸੀਂ ਇਹ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਦੇਸੀ ਜੁਗਾੜ ਕਹਿੰਦੇ ਆ ਉਸ ਨੂੰ ਇਹ ਤਿਆਰ ਕੀਤਾ ਗਿਆ। ਹਰ ਤਰ੍ਹਾਂ ਦੇ ਨਾਲ ਇਹ ਮਸ਼ੀਨ ਇੱਕ ਤਰ੍ਹਾਂ ਦੇ ਨਾਲ ਬਖਤਰ ਬੰਦ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਵੱਡੀ ਸਾਰੀ ਇਹਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਕਰੇਨ ਨੁਮਾ ਚੀਜ਼ ਬਣਾਈ ਗਈ ਹੈ, ਕਿਉਂਕਿ ਅਕਸਰ ਕਿਸਾਨ ਜਿਹੜੇ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਕਰਦੇ ਨੇ। ਔਰ ਤੁਸੀਂ ਇਹ ਦੇਖ ਸਕਦੇ ਹੋ, ਤਸਵੀਰਾਂ ਦੇਖ ਸਕਦੇ ਹੋ, ਬੇਹੱਦ ਇਹ ਐਕਸਕਲੂਸਿਵ ਫੁਟੇਜ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਉੱਤੋਂ ਦਿਖਾ ਰਹੇ ਹਾਂ। ਖਾਸ ਤੌਰ 'ਤੇ ਸ਼ੰਭੂ ਬਾਰਡਰ ਦੀ ਹਰ ਇੱਕੋ ਤਸਵੀਰ ਜਿਹੜੀ ਤੁਹਾਡੇ ਤੱਕ ਪਹੁੰਚਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਲੰਮੀ ਇੱਕ ਕਰੇਨ ਨੁਮਾ ਚੀਜ਼ ਆ ਔਰ ਅਗਲੇ ਪਾਸੇ ਉਹਦੇ ਲੋਹੇ ਦੇ ਮੋਟੇ ਕੁੰਡੇ ਨੇ ਜਿਹੜੇ ਆਪਸ ਦੇ ਵਿੱਚ ਮੁੜੇ ਹੋਏ ਨੇ। ਜਾਂ ਤੁਸੀਂ ਕਹਿ ਸਕਦੇ ਹੋ ਕਿ ਜੇ ਇਹ ਪਿੱਛੋਂ ਟਰੈਕਟਰ ਦੇ ਨਾਲ ਓਪਰੇਟ ਹੁੰਦੀ ਹੋਵੇਗੀ ਤਾਂ ਇਹ ਭਾਰਾ ਤੋਂ ਭਾਰਾ ਕੋਈ ਸਮਾਨ ਚੁੱਕਣ ਦੇ ਵਿੱਚ ਸਕਸ਼ਮ ਨਜ਼ਰ ਆ ਰਹੀ ਹੈ ਔਰ ਕਿਸਾਨ ਇਹਦੇ ਨਾਲ ਸੈਲਫੀਆਂ ਲੈਂਦੇ ਇੱਥੇ ਨਜ਼ਰ ਆ ਰਹੇ ਨੇ। ਔਰ ਖਾਸ ਤੌਰ 'ਤੇ ਮੀਡੀਆ ਪਰਸਨ ਦੇ ਲਈ ਵੀ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਇਹ ਮਸ਼ੀਨ, ਤਾਂ ਤੁਸੀਂ ਦੇਖ ਸਕਦੇ ਹੋ। ਔਰ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਸਪੀਕਰ ਵਗੈਰਾ ਲਗਾਏ ਗਏ ਨੇ, ਕਿਉਂਕਿ ਕਿਸਾਨ ਆਪਣੇ ਐਂਟਰਟੇਨਮੈਂਟ ਦਾ ਵੀ ਨਾਲ ਦੀ ਨਾਲ ਖਿਆਲ ਰੱਖਿਆ ਗਿਆ। ਔਰ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇੱਕ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ DGP ਹਰਿਆਣਾ ਦੇ ਵੱਲੋਂ ਜਦੋਂ ਚਿੱਠੀ ਲਿਖੀ ਗਈ ਸੀ DGP ਪੰਜਾਬ ਨੂੰ, ਤਾਂ ਇਹ ਚੀਜ਼ ਕਹੀ ਗਈ ਸੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਨੇ, ਅਰਥ ਮੂਵਿੰਗ ਮਸ਼ੀਨਾਂ ਜਿਹਨੂੰ ਸਰਲ ਭਾਸ਼ਾ 'ਚ ਕਹੀਏ, ਜਿਹੜੀਆਂ ਸਮਾਨ ਹਟਾਉਣ ਦੇ ਕੰਮ ਆਉਂਦੀਆਂ ਨੇ ਜਾਂ ਫਿਰ ਧਰਤੀ ਨੂੰ ਪੱਟਣ ਦੇ ਕੰਮ ਆਉਂਦੀਆਂ ਨੇ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲਗਾਈ ਗਈ ਆ ਔਰ DGP ਪੰਜਾਬ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ। ਪਰ ਕਿਸਾਨ ਆਪਣੇ ਖੇਤੀ ਸੰਦਾਂ ਨੂੰ ਮੋਡੀਫਾਈ ਕਰਕੇ ਇੱਥੇ ਲੈ ਕੇ ਆਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਮੂਵਿੰਗ ਹੈ, ਇਹਨੂੰ ਹੁਣ ਹੇਠਾਂ ਵੀ ਕੀਤਾ ਗਿਆ ਹਾਈਡ੍ਰੋਲਿਕਸ ਦੇ ਨਾਲ, ਜਾਂ ਕਹਿ ਲਓ ਕਿ ਇਹ ਬਿਜਲੀ ਦੇ ਨਾਲ ਟਰੈਕਟਰ ਦੇ ਨਾਲ ਜੁੜੀ ਹੋਈ ਹੈ ਔਰ ਇਹ
ਹੇਠਾਂ ਔਰ ਉੱਪਰ ਹੋ ਰਹੀ ਹੈ ਤਾਂ ਇਹਦੇ ਨਾਲ ਇਹ ਚੀਜ਼ ਮੰਨੀ ਜਾ ਰਹੀ ਹੈ ਕਿ ਹੋ ਸਕਦਾ ਕਿ ਕਿਸਾਨ ਇਹਦੇ ਨਾਲ ਬੈਰੀਗੇਡਸ ਵੀ ਹਟਾ ਸਕਦੇ ਨੇ। ਤਾਂ ਕਿਸਾਨ ਅੰਦੋਲਨ ਦੀ ਪਲ ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਹਾਨੂੰ। ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ, ਬੇਹੱਦ ਐਕਸਕਲੂਸਿਵ ਫੁਟੇਜ ਸ਼ੰਭੂ ਬਾਰਡਰ ਦੇ, ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਹੱਕਾਂ ਦੇ ਲਈ, ਆਪਣੇ ਖੇਤੀ ਸੰਦਾਂ ਦੇ ਨਾਲ ਇੱਥੇ ਪਹੁੰਚੇ ਨੇ। ਔਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਔਰ ਇਸੇ ਦਰਮਿਆਨ ਜਿਹੜਾ ਕਿਸਾਨਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ। ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਲਗਾਤਾਰ ਡਰੋਨ ਦੇ ਨਾਲ ਵੀ ਜਿਹੜੀ ਨਿਗਾਹ ਰੱਖੀ ਜਾ ਰਹੀ ਹੈ। ਜੇ ਤੁਸੀਂ ਇਸ ਫੁਟੇਜ ਦੇ ਵੀ ਦੇਖ ਸਕਦੇ ਹੋ, ਤੁਹਾਨੂੰ ਡਰੋਨ ਵੀ ਦਿਖਣਗੇ ਪਿਛਲੇ ਪਾਸੇ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਖੇਤੀ ਸੰਦਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਕਿਸਾਨ, ਔਰ ਵੱਡੇ ਪੱਧਰ ਦੇ ਉੱਤੇ ਬੈਰੀਗੇਟਿੰਗ ਕੀਤੀ ਗਈ ਹੈ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਇਹ ਤਿਆਰੀ ਔਰ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਮਝਾਉਂਦਾ, ਕਿਉਂਕਿ ਇਹ ਚੀਜ਼ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਸਮਝਾਇਆ ਜਾਵੇ, ਕਿਸਾਨਾਂ ਨੂੰ ਇਸ ਚੀਜ਼ ਲਈ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤੁਸੀਂ ਅੱਗੇ ਨਾ ਵਧੋ। ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਹੋਰਾਂ ਦੇ ਵੱਲੋਂ ਸਵੇਰੇ ਇਹ ਅਪੀਲ ਕੀਤੀ ਗਈ ਸੀ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਕਿ ਬੈਰੀਗੇਟਸ ਹਟਾ ਦਿੱਤੇ ਜਾਣ, ਅਸੀਂ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧ ਲਈਏ। ਤਾਂ ਲਗਾਤਾਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਉੱਤੇ। ਇਹ ਇੱਕ ਕਿਸਾਨਾਂ ਦੇ ਵੱਲੋਂ ਹੁਣ ਨਵੀਂ ਤਰ੍ਹਾਂ ਦਾ ਜਿਹੜਾ ਜੁਗਾੜ ਲਗਾਇਆ ਗਿਆ, ਕਿਉਂਕਿ ਇੱਕ ਪਾਸੇ ਇਹ ਕਿਹਾ ਗਿਆ ਸੀ ਕਿ ਹੈਵੀ ਅਰਥ ਮੂਵਿੰਗ ਮਸ਼ੀਨਰੀ 'ਤੇ ਰੋਕ ਹੈ, ਤਾਂ ਹੋ ਸਕਦਾ ਕਿ ਕਿਸਾਨਾਂ ਨੇ ਇਹ ਆਪਣੇ ਟਰੈਕਟਰਾਂ ਨੂੰ ਹੀ ਹਲਕਾ ਮੋਡੀਫਿਕੇਸ਼ਨ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਲਈਆਂ। ਹੁਣ ਇੱਕ ਵਾਰ ਧਿਆਨ ਨਾਲ ਤੁਸੀਂ ਜੇ ਇਸ ਨੂੰ ਦੇਖੋ ਤਾਂ ਇਹ ਟਰੈਕਟਰ ਦੇ ਬੈਕ ਸਾਈਡ ਦੇ ਉੱਤੇ ਪਾਇਆ, ਜਿਸ ਦੇ ਨਾਲ ਟੋਚਨ ਵੀ ਪੈ ਸਕਦੇ ਨੇ। ਔਰ ਇਹ ਤੁਸੀਂ ਦੇਖ ਲਓ, ਬਖਤਰਬੰਦ ਟਰੈਕਟਰ ਹੈ, ਲੋਹੇ ਦੀਆਂ ਚਾਦਰਾਂ, ਔਰ 4x4 ਟਰੈਕਟਰ, ਅੱਗੇ ਹੈਵੀ ਗਾਰਡ ਲਗਾਇਆ ਗਿਆ ਕਿ ਜੇਕਰ ਇਸ ਦੇ ਉੱਤੇ ਕੋਈ ਬਲ ਦਾ ਪ੍ਰਯੋਗ ਕੀਤਾ ਜਾਂਦਾ ਤਾਂ ਅਸਰ ਨਾ ਹੋਵੇ। ਇਹ ਤਸਵੀਰਾਂ ਖਾਸ ਤੌਰ 'ਤੇ ਡੇਲੀ ਪੋਸਟ ਪੰਜਾਬੀ ਦੇ ਉੱਤੇ, ਕਿਸਾਨ ਅੰਦੋਲਨ 2.0।